ਕੋਟ ਦੇ ਹਲਕਾ ਸੁਜਾਨਪੁਰ ਚ ਪਸ਼ੂ ਚੋਰੀ ਕਰਨ ਵਾਲਾ ਗਰੋਸਰ ਗਰਮ ਹੋ ਚੁੱਕਾ ਹੈ। ਬੀਤੀ ਰਾਤ ਵੀ ਚੋਰਾਂ ਵੱਲੋਂ ਪਸ਼ੂਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕਾਂ ਨੂੰ ਇਸ ਗੱਲ ਦੀ ਭਣਕ ਲੱਗਣ ਤੇ ਉਹਨਾਂ ਵੱਲੋਂ ਪਸ਼ੂਆਂ ਨੂੰ ਚੋਰਾਂ ਕੋਲੋਂ ਛੁਡਵਾ ਲਿਆ ਗਿਆ ਅਤੇ ਚੋਰ ਮੌਕੇ ਤੋਂ ਫਰਾਰ ਹੋ ਗਏ। ਪਰ ਜਾਂਦੇ ਹੋਏ ਚੋਰਾਂ ਵੱਲੋਂ ਦੋ ਗਾਵਾਂ ਨੂੰ ਕੋਈ ਜ਼ਹਿਰੀਲਾ ਟੀਕਾ ਲਗਾ ਦਿੱਤਾ ਗਿਆ, ਜਿਸ ਨਾਲ ਉਕਤ ਗਾਵਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕਾ ਵਾਸੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਅਤੇ ਉਹਨਾਂ ਵੱਲੋਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਦੇ ਵਿੱਚੋਂ ਕੋਈ 6 ਪਸ਼ੂ ਜਿਹੜੇ ਚੋਰ ਚੁਰਾ ਕੇ ਲੈ ਗਏ ਸੀ ਇੱਥੋਂ, ਤੇ ਅੱਗੇ ਜਾ ਕੇ ਪਿੰਡ ਵਾਲਿਆਂ ਨੂੰ ਜਿੱਦਾਂ ਪਤਾ ਲੱਗਿਆ ਹੈ ਤੇ ਉਹ ਮਗਰ ਵੀ ਗਏ ਆ, ਤੇ ਜਿਹੜੇ ਉਹ ਬੰਦੇ ਸੀ ਉਹ ਦੌੜ ਗਏ ਸੀ ਇੱਥੋਂ, ਤੇ ਉਹ ਬੰਦੇ ਜਿਹੜੇ ਮੱਝਾਂ ਛੱਡ ਕੇ ਚਲੇ ਗਏ ਸੀ, ਤੇ ਜਿਹੜੀਆਂ ਦੋ ਗਾਵਾਂ ਸੀ HF ਦੀਆਂ ਉਹ ਪਤਾ ਨਹੀਂ ਕਿਹੜੇ ਬੰਦੇ ਸੀ, ਉਹ ਗਾਵਾਂ ਨੂੰ ਟੀਕਾ ਲਾ ਕੇ ਗਾਵਾਂ ਨੂੰ ਮਾਰ ਦਿੱਤਾ ਉਹਨਾਂ ਨੇ। ਤੇ ਉਹ ਗਰੀਬ ਪਰਿਵਾਰ ਹੈ, ਤੇ ਆਪਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਿਹੜੇ ਇੱਦਾਂ ਦੇ ਚੋਰ ਹੈ ਇਹਨਾਂ ਦੇ ਉੱਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਅੰਦਰ ਕੀਤਾ ਜਾਵੇ। ਇਸ ਤੋਂ ਪਹਿਲੇ ਵੀ ਅੱਜ ਤੋਂ 2-3 ਦਿਨ ਪਹਿਲੇ ਪਿੰਡ ਛੰਨੀ ਦੇ ਵਿੱਚ ਚੋਰੀ ਹੋਈ ਆ, ਉੱਥੇ ਵੀ 4 ਮੱਝਾਂ ਚੋਰੀ ਕੀਤੀਆਂ ਨੇ। ਉਸ ਤੋਂ ਪਹਿਲੇ ਪਿੰਡ ਜੈਣੀ ਉੱਪਲੀ ਦੇ ਵਿੱਚ 7 ਮੱਝਾਂ ਚੋਰੀ ਹੋਈਆਂ ਸੀ। ਉਸ ਤੋਂ ਪਹਿਲੇ ਪਿੰਡ ਖਲਾਹ ਦੇ ਵਿੱਚ ਵੀ 2 ਮੱਝਾਂ ਚੋਰੀ ਹੋਈਆਂ ਸੀ ਤੇ ਉਹ ਹਾਲੇ ਤੱਕ ਚੋਰ ਨਹੀਂ ਫੜੇ ਗਏ। ਤੇ ਮੈਰੇ ਦੇ ਵਿੱਚ ਵੀ ਮੱਝਾਂ ਚੋਰੀ ਹੋਈਆਂ ਨੇ, ਤੇ ਆਪਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਤੇ ਜੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪਿੰਡ ਵਾਲਿਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਜਿੱਦਾਂ ਹੁਣ ਸਾਡੇ ਡੰਗਰ ਚਕੋਰੇ ਆ, ਸਾਡੇ ਨਿਆਣੇ ਚਕੋਣੇ ਆ, ਤੇ ਜਾਂ ਫਿਰ ਘਰਾਂ ਦੇ ਵਿੱਚ ਚੋਰੀਆਂ ਹੋਣਗੀਆਂ, ਤੇ ਆਪਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਿੰਨੇ ਵੀ 4-8-10 ਪਿੰਡ ਜਾਂ ਛਾਪਰ ਕੰਢੀ ਏਰੀਆ ਦੇ ਵਿੱਚ ਜਿੰਨੇ ਵੀ ਪਿੰਡ ਹੈ ਤੇ ਸਾਰੇ ਫਿਰ ਮਾਧੋਰ ਦੇ ਅੱਡੇ ਦੇ ਵਿੱਚ ਹਾਈਵੇ ਰੋਡ ਜਾਮ ਕਰਾਂਗੇ ਤਾਂ ਪ੍ਰਸ਼ਾਸਨ ਭੁਗਤ ਨੂੰ ਤਿਆਰ ਰਹੇ, ਤੇ ਜਾਂ ਫਿਰ ਮੰਤਰੀਆਂ ਦੇ ਘਰਾਂ ਦੇ ਬਾਹਰ ਆਪਾਂ ਧਰਨੇ ਤੇ ਬੈਠਾਂਗੇ। ਇਸ ਬਾਰੇ DSP ਧਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ 'ਚ ਆ ਚੁੱਕਾ ਹੈ ਅਤੇ ਲੋਕਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ। ਇਸ ਦੇ ਨਾਲ ਹੀ ਉਹਨਾਂ ਜਲਦ ਤੋਂ ਜਲਦ ਚੋਰਾਂ ਦੀ ਭਾਲ ਕਰ ਗ੍ਰਿਫਤਾਰ ਕਰਨ ਦੀ ਗੱਲ ਵੀ ਕੀਤੀ। ਰਵਿੰਦਰ ਸਿੰਘ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਨਾਂ ਦੇ ਰਾਤੀ ਜਿਹੜੇ ਆ ਡੰਗਰ ਜੋ ਰਾਤੀ ਉਹਨੂੰ ਪਤਾ ਲੱਗਾ ਕੋਈ ਸ਼ੋਰ ਹੋਇਆ ਅਤੇ ਉਹਨਾਂ ਨੇ ਆ ਕੇ ਜਦੋਂ ਦੇਖਿਆ ਆਪਣੀ ਹਵੇਲੀ 'ਚ ਅਤੇ ਡੰਗਰ ਉੱਥੋਂ ਖੁੱਲ੍ਹੇ ਹੋਏ ਸਨ, ਅਤੇ ਬਾਅਦ ਜਦੋਂ ਉਹਨਾਂ ਪਿੱਛਾ ਕੀਤਾ ਅਤੇ ਡੰਗਰ ਮਿਲ ਗਏ, ਲੇਕਿਨ ਉਹਨਾਂ ਦੀ ਗਾਵਾਂ ਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਗਿਆ ਆ। ਅਤੇ ਉਹ ਇਹਨਾਂ ਦੀ ਅਸੀਂ ਇਨਫੋਰਮੇਸ਼ਨ ਜੋ ਆਈ ਹੈ ਐਪਲੀਕੇਸ਼ਨ ਲਿਖ ਲਈ ਹੈ ਅਤੇ ਡਾਕਟਰ ਸਾਹਿਬ ਮੌਕੇ 'ਤੇ ਆ ਗਏ ਨੇ ਵੈਟਰਨਰੀ ਡਾਕਟਰ, ਇਹਨਾਂ ਦਾ ਹੁਣ ਪੋਸਟਮਾਰਟਮ ਕਰਾਵਾਂਗੇ ਅਤੇ ਜੋ ਵੀ ਇਹਨਾਂ ਦਾ ਬਿਸਤਰਾ ਜਿਹੜੇ ਸਾਰਾ ਉਹ ਨਿਕਾਲ ਕੇ ਅਤੇ ਉਹਨੂੰ ਖਰੜ ਕੈਮੀਕਲ ਗਿਆ ਭੇਜਿਆ ਜਾਵੇਗਾ ਤਾਂ ਕਿ ਉਹਦਾ ਪਤਾ ਚੱਲ ਸਕੇ ਕਿ ਕਿਹੜਾ ਇਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। ਬਾਕੀ ਜਿਹੜੀ ਅਸੀਂ ਮਾਮਲਾ ਦਰਜ ਕਰ ਲਿਆ, ਜਾਂਚ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਕਾਬੂ ਕਰ ਲਵਾਂਗੇ। ਅਤੇ ਪਹਿਲਾਂ 1-2 ਸਾਲ ਪਹਿਲਾਂ ਕੋਈ ਗੈਂਗ ਫੜੇ ਸੀਗੇ, ਉਹਨਾਂ ਦੀ ਵੀ ਦੋਸ਼ੀਆਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਕੋਸ਼ਿਸ਼ ਹੈ ਕਿਉਂਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਇਹਨੂੰ ਟ੍ਰੇਸ ਕਰ ਲਿਆ ਜਾਵੇਗਾ। ਸਵੇਰਾ ਪੰਜਾਬ ਲਈ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਅਤੇ ਰਣਜੀਵ ਕੁਮਾਰ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374-9647 84374-9648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।